ਜੀ 사우디 ਅਰਬ ਤੋਂ ਬਹਿਰੀਨ ਆਏ ਹਾਂ ਹੁਣ ਬਹਿਰੀਨ ਤੋਂ ਵਾਪਸ 사우ਦੀ ਅਰਬ ਚਲੇ ਆਂ ਔਰ ਸਰਲ ਸਰਲ ਤੁਹਾਨੂੰ ਵੀਜ਼ਾ ਪ੍ਰੋਸੈਸ ਸਮਝਾਣੇ ਆ ਕਿਵੇਂ ਤੁਸੀਂ 사우ਦੀ ਅਰਬ ਤੋਂ ਬਹਿਰੀਨ ਆ ਸਕਦੇ ਹੋ ਔਰ ਬਹਿਰੀਨੋਂ ਕਿਵੇਂ ਵਾਪਸ ਜਾਣਾ ਔਰ ਕੀ ਚਾਰਜੇਸ ਨੇ ਯਾਨੀ ਕਿ ਇੰਸ਼ੋਰੈਂਸ ਕਿੰਨੇ ਦੀ ਹੁੰਦੀ ਏ ਔਰ ਵੀਜ਼ਾ ਪ੍ਰੋਸੈਸ ਕੀ ਏ ਔਰ ਕਿਹੜਾ ਬੰਦੇ ਨੂੰ ਵੀਜ਼ਾ ਮਿਲ ਸਕਦਾ ਕਿਨੂੰ ਨਹੀਂ ਮਿਲ ਸਕਦਾ ਕਿਨੂੰ ਫ੍ਰੀ ਮਿਲੇਦਾ ਕਿਨੂੰ ਵੀਜ਼ੇ ਦੀ ਪੇ ਕਰਨਾ ਪਵੇਦਾ ਵਗੈਰਾ ਵਗੈਰਾ ਹਰ ਛਾ ਡਿਟੇਲ ਨਾਲ ਔਰ ਵੀਜ਼ੇ ਦੀ ਮੁੱਦਤ ਵਗੈਰਾ ਬਹਰਲੇ ਫਸਟ ਸਟੈਪ ਇਹ ਵੀ ਜਨਾਬ ਤੁਸੀਂ ਜੇ ਤੁਸੀਂ ਆਪਣਾ ਇਸ ਬ੍ਰਿਜ ਤੇ ਚੜਨਾ ਹੁੰਦਾ ਹੈ ਰੋਡ ਤੇ ਚੜਨਾ ਹੁੰਦਾ ਹੈ ਤੇ ਫਿਰ ਪਹਿਲੇ 5 ਰਿਆਲ ਦੇਣੇ ਹੁੰਦੇ ਨੇ ਅਗਰ ਸਾਊਦੀ ਅਰਬ ਉਹ ਤੁਸੀਂ ਬਹਿਰੀਨ ਨਾਲ ਮੂੰਹ ਕਰਦੇ ਹੋ ਤੇ ਯਾਨੀ ਕਿ ਸਾਊਦੀ ਅਰਬ ਉਹ ਬਹਿਰੀਨ ਆ ਉਹ ਤਾਂ ਵੀ 5 ਰਿਆਲ ਔਰ ਬਹਿਰੀਨੋਂ ਵਾਪਸ ਜਾ ਉਹ ਤਾਂ ਵੀ 5 ਰਿਆਲ 2.5 ਵੀ ਡੀ ਲੈਂਦੇ ਨੇ ਸੇਮ ਪੈਸੇ ਨੇ ਉਥੋਂ 5 ਰਿਆਲ ਦਿੱਤੇ ਨੇ ਇਹ ਰੋਡ ਤੇ ਚੜ ਗਏ ਆ ਅੱਗੇ ਆ ਗਏ ਚੈੱਕ ਪੁਆਇੰਟ ਤੇ ਚੈੱਕ ਪੁਆਇੰਟ ਤੇ ਕੀ ਮਾਮਲਾਤ ਹੋ ਗਏ ਹੁੰਦੇ ਨੇ ਅਗਰ ਸਾਊਦੀ ਅਰਬ ਤੋਂ ਹੀ ਇਧਰ ਆਉਂਦੇ ਹੋ ਬਹਿਰੀਨ ਨਾਲ ਤੇ ਜਨਾਬ ਤੁਹਾਨੂੰ ਆਪਣਾ ਜੇ ਅਗਰ ਤੁਹਾਡਾ ਲੇਬਰ ਦਾ ਜਾਂ ਡਰਾਈਵਰ ਦਾ ਜਾਂ ਹਲਕਾ ਮੈਨਾ ਤੇ ਤੁਹਾਨੂੰ 50 ਰੁਪਏ ਵੀਜ਼ਾ ਦੀ ਫੀਸ ਦੇਣੀ ਪੈਂਦੀ ਏ ਲੇਕਿਨ ਅਗਰ ਤੁਹਾਡਾ ਮੈਨਾ ਅੱਛਾ ਕੋ ਮੰਦੂਬ ਦਾ ਯਾਨੀ ਕਿ ਸੇਲਜ਼ ਰਿਪਰੈਜ਼ੈਂਟੇਟਿਵ ਯਾ ਅਕਾਊਂਟੈਂਟ ਹੈ ਯਾ ਵਗੈਰਾ ਵਗੈਰਾ ਕੋਈ ਅੱਛਾ ਪ੍ਰੋਫੈਸ਼ਨ ਹੈ ਤੇ ਤੁਹਾਨੂੰ ਉਹ 50 ਰਿਆਲ ਵੀ ਨਹੀਂ ਦੇਣੇ ਪੈਂਦੇ ਔਰ ਵੀਜ਼ਾ ਔਨ ਅਰਾਈਵਲ ਹੈ ਪਹਿਲੇ ਨੰਬਰ ਤੇ ਗੱਲ ਇਹ ਵੇ ਕਿ ਵੀਜ਼ਾ ਔਨ ਅਰਾਈਵਲ ਹੈ ਇਹ ਜਿੰਨੇ ਚ ਰੱਖੋ ਲੇਕਿਨ ਤੁਸੀਂ ਆਪਣੀ ਗੱਡੀ ਤੇ ਆਉਂਦੇ ਹੋ ਤੇ ਤੁਹਾਨੂੰ ਗੱਡੀ ਨੂੰ ਫਿਰ ਤੁਹਾਡੀ ਗੱਡੀ ਦੀ ਇਨਸੂਰੈਂਸ ਲੈਣੀ ਪੈਂਦੀ ਹੈ ਜੇ ਸਾਊਦੀ ਅਰਬ ਤੋਂ ਹੀ ਬਹਿਰੀਨ ਆਉਂਦੇ ਹੋ ਯਾ ਬਹਿਰੀਨੋਂ ਤੋਂ ਹੀ ਸਾਊਦੀ ਅਰਬ ਜਾਂਦੇ ਹੋ ਤੇ ਗੱਡੀ ਦੀ ਇਨਸੂਰੈਂਸ ਵੀ ਤੁਹਾਨੂੰ ਲੈਣੀ ਪੈਣੀ ਹੈ ਮੈਂ ਇਨਸੂਰੈਂਸ ਲਈ ਹੀ 10 ਦਿਨ ਦੀ 10 ਦਿਨ ਦੀ ਇੰਸ਼ੋਰੈਂਸ ਲਈ ਹੀ ਤਕਰੀਬਨ ਮੇਰੇ ਹਰ 68 ਰਿਆਲ ਦੀ ਸ਼ਾਇਦ ਯਾਨੀ 70 ਰਿਆਲ ਕਰ ਲੋ 17 ਰਿਆਲਾਂ ਦੀ 10 ਦਿਨ ਦੀ ਮੈਂ ਇੰਸ਼ੋਰੈਂਸ ਲਈ ਸੀ ਔਰ ਇੰਸ਼ੋਰੈਂਸ ਜਨਾਬ ਅਗਰ ਇੱਥੇ ਆ ਕੇ ਲਵੋ ਤੇ ਮਹਿੰਗੀ ਲੱਬੇ ਦੀ ਮੇਰਾ ਖਿਆਲ ਹੈ ਸ਼ਾਇਦ ਮਹੀਨੇ ਤੋਂ ਘੱਟ ਦੇਣ ਮਹੀਨਾ ਤੇ ਬਹਰਲ ਆਨਲਾਈਨ ਤੁਹਾਨੂੰ ਇੱਕ ਐਪਲੀਕੇਸ਼ਨ ਦੱਸਣਾ ਉਥੋਂ ਇੰਸ਼ੋਰੈਂਸ ਲੈਣੀ ਹੈ ਠੀਕ ਹੋ ਗਿਆ ਜਨਾਬ ਔਰ ਬਾਰਡਰ ਤੇ ਜਨਾਬ ਇਹ ਵੇ ਕਿ ਜਦੋਂ ਤੁਸੀਂ ਸਾਊਦੀ ਅਰਬੋਂ ਗੁਰ ਆਉਂਦੇ ਹੋ ਤੇ ਤੁਹਾਡੇ ਕੋਲ ਦਖੂਲ ਖਰੂਜ ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ ਹੈ ਇੱਥੇ ਆ ਕੇ ਵੀਜ਼ਾ ਤੋਂ ਨਾ ਰਾਈਵੇ ਮਿਲ ਜੇਦਾ ਲੇਕਿਨ ਅਗਰ ਤੁਹਾਡੇ ਕੋਲ ਰੀ ਐਗਜ਼ਿਟ ਰੀ ਐਂਟਰੀ ਨਹੀਂ ਹੈ ਯਾਨੀ ਕਿ ਦਖੂਲ ਖਰੂਜ ਨਹੀਂ ਹੈ ਤੇ ਤੁਸੀਂ ਫਿਰ ਜਨਾਬ ਤੁਹਾਨੂੰ ਪਹਿਲੇ ਸਾਊਦੀ ਅਰਬ ਵਾਲਿਆਂ ਹੀ ਨਹੀਂ ਛੱਡਣਾ ਅੱਗੇ ਤੁਹਾਡਾ ਐਗਜ਼ਿਟ ਰੀਐਂਟਰੀਓ ਵੇਦਾ ਯਾਨੀ ਕਿ ਦਖੂਲ ਖਰੂਜ ਲੱਗੇ ਆ ਵੇਦਾ ਤੇ ਉਹਨਾਂ ਤੁਹਾਨੂੰ ਫਿਰ ਆਉਂਦੇ ਨੇ ਅੱਗੇ ਆਓ ਦੇ ਅੱਗੇ ਜਨਾਬ ਫਿਰ ਪਹਿਲੇ ਨੰਬਰ ਤੇ ਉਹਨਾਂ ਜੇ ਅਗਰ ਸਾਊਦੀ ਅਰਬ ਤੋਂ ਤੁਸੀਂ ਆਉਂਦੇ ਹੋ ਪੇ ਪਹਿਲੇ ਨੰਬਰ ਤੇ ਹੀ ਉਹਨਾਂ ਜਨਾਬ ਜਿਹੜਾ ਕੰਮ ਕਰਨਾ ਹੈ ਉਹ ਵੀਜ਼ੇ ਵਾਲਾ ਹੈ ਵੀਜ਼ਾ ਹੁਣ ਅਰਾਈਵਲ ਹੈ ਜਿਵੇਂ ਕਿ ਦੱਸਿਆ ਤੁਹਾਨੂੰ ਵੀਜ਼ਾ ਉਹ ਦੇਣ ਦੇ ਉਸ ਤੋਂ ਬਾਅਦ ਉਹ ਜਨਾਬ ਵੀਜ਼ੇ ਦੀ ਮੁੱਦਤ ਵੀ ਤੁਹਾਨੂੰ ਦੱਸਣਾ ਵਾ ਵੀਜ਼ੇ ਦੀ ਮੁੱਦਤ ਕਿੰਨੀ ਹੋਵੇਦੀ ਜਨਾਬ ਉਹ ਤੁਹਾਨੂੰ ਵੀਜ਼ਾ ਦੇਣ ਦੇ ਵੀਜ਼ਾ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਲੇਬਰ ਜਾਂ ਆਪਣਾ ਡਰਾਈਵਰ ਵਗ ਕਮੈਨੀ ਵਾਲੇ ਨੂੰ ਲੇਕਿਨ ਜਿਹਦਾ ਮੈਨਾ ਸ਼ਾ ਹੋਵੇ ਪ੍ਰੋਫੈਸ਼ਨ ਅਚਾ ਹੋਵੇ ਉਹਨੂੰ ਓਨ ਅਰਾਈਵਲ ਫਰੀ ਵੀਜ਼ਾ ਮਿਲੇਦਾ ਉਹਨੂੰ ਕੋਈ ਆਪਣਾ ਪੈਸੇ ਤਾਰਨ ਦੀ ਜ਼ਰੂਰਤ ਨਹੀਂ ਲੇਕਿਨ ਇੰਸ਼ੋਰੈਂਸ ਉਹਨੂੰ ਵੀ ਦੇਣੀ ਪੈਣੀ ਹੈ ਇਸ ਬ੍ਰਿਜ ਦੇ ਚੜਨ ਵਾਸਤੇ ਉਸ ਨੂੰ ਵੀ ਪੰਜ ਰਿਆਲ ਦੇਣੇ ਪੈਣੇ ਨੇ ਗੱਡੀ ਤੇ ਔਰ ਜੇ ਤੁਸੀਂ ਬਹਿਰੀਨ ਲੋ ਜਾਂਦੇ ਹੋ ਤੇ ਫਿਰ ਵੀ ਸੇਮ ਹੀ ਹੈ ਯਾਨੀ ਕਿ ਪ੍ਰੋਸੈਸਿਸ ਕੋ ਡਿਫਰੈਂਸ ਨਹੀਂ ਹੈ ਲੇਕਿਨ ਅਗਰ ਤੁਸੀਂ ਬਹਿਰੀਨ ਚੋ ਤੁਸੀਂ ਜ਼ਿਆਦਾ ਦਿਨ ਰਹਿ ਲੈਂਦੇ ਹੋ ਕਿ ਜਿੰਨਾ ਤੁਹਾਡਾ ਵੀਜ਼ੇ ਦੀ ਮੁੱਦਤ ਹੈ ਵੀਜ਼ੇ ਤੋਂ ਜ਼ਿਆਦਾ ਦਿਨ ਰਹਿ ਲੈਂਦੇ ਹੋ ਤੇ ਜਨਾਬ ਇਹ ਗੱਲ ਜ਼ਿਹਨ 'ਚ ਰੱਖਿਆ ਜੇ ਕਿ ਪੰਜਾਬ ਬੀਡੀ ਗ੍ਰਾਮੇ ਪਰ ਡੇ ਅਗਰ ਜ਼ਿਆਦਾ ਦੇਰ ਕਰੋਦੇ ਤੇ ਫਿਰ ਜ਼ਿਆਦਾ ਵੇ ਅਗਰ ਇੱਕ ਦਿਨ ਵੀ ਯਾਨੀ ਕਿ ਇੱਕ ਅਗਰ ਘੰਟਾ ਵੀ ਤੁਸੀਂ ਲੇਟ ਕਰ ਲਿਆ ਨਾ ਤੇ ਜਨਾਬੇ ਵਾਲੀ ਐ ਵੇਂਦੇ ਪਏ ਇੱਥੇ ਜਨਾਬ ਵੀਜ਼ਾ ਪ੍ਰੋਸੈਸ ਹੁੰਦਾ ਯਾਨੀ ਕਿ ਤੁਸੀਂ ਅਗਰ ਸਾਊਦੀ ਅਰਬ ਬੁਲਾਓ ਤੇ ਇਹਨਾਂ ਜਿਹੜਾ ਨਾ ਉਹਨ ਵੀ ਅਰਾਈਵਲ ਵੀਜ਼ਾ ਉਹਦੇ ਨਾਲ ਹੁੰਦਾ ਜਿਹੜੀ ਚੈੱਕ ਪੁਆਇੰਟ ਤੇ ਐਸਐਮ ਖਲੋਤਾ ਵਾ ਔਰ ਅਗਰ ਤੁਸੀਂ ਲੇਟ ਹੋ ਜਾਵੋ ਤੇ ਐਸੇ ਚੈੱਕ ਪੁਆਇੰਟ ਵਾਲੇ ਵੀ ਤੁਹਾਨੂੰ ਅੱਗੇ ਨਹੀਂ ਜਾਣ ਦੇਣਾ ਇਹਨਾਂ ਅੱਗੋ ਤੁਹਾਡੇ ਕੋਲ ਪੈਨਲਟੀ ਲੈ ਕੇਗਾ ਜਾਣ ਦੇਣਾ ਵੇ ਲੇਕਿਨ ਅਗਰ ਤੁਸੀਂ ਸਾਊਦੀ ਅਰਬ ਬੁਲਾਉਂਦੇ ਹੋ ਤੇ ਐਸੇ ਚੈੱਕ ਪੁਆਇੰਟ ਨੇ ਤੁਹਾਨੂੰ ਇਸ ਬਹਿਰੀ ਨਹੀਂ ਚੈੱਕ ਪੁਆਇੰਟ ਨਾ ਉਹ ਫਿਰ ਐਸੇ ਚੈੱਕਪੁਆਇੰਟ ਨੇ ਤੁਹਾਨੂੰ ਐਂਟਰੀ ਦੇਣੀ ਹੈ ਇਹਨਾਂ ਵੀਜ਼ਾ ਦੇਣਾ ਹੈ ਠੀਕ ਹੋ ਗਿਆ ਤੇ ਇਧਰ ਉਹ ਹੀ ਜਿਹੜਾ ਨਾ ਉਹ ਐਗਜ਼ਿਟ ਦਾਨੇ ਆ ਤੇ ਲਾਜ਼ਾ ਇਹਨੇ ਮੈਨੂੰ ਹੁਣ ਐਗਜ਼ਿਟ ਲਾ ਕੇ ਦੇਣਾ ਜਿਹੜੀ ਇਹ ਨਾ ਗੱਲ ਮੁਖਾਲਫੇ ਦੀ ਪੈਨਲਟੀ ਦੀ ਮੈਨੂੰ ਪਾਰਕਿੰਗ ਦਾ ਇੱਕ ਵਾਰੀ ਮੁਖਾਲਫਾ ਆਇਆ ਸੀ ਅੱਗੇ ਇਸ ਵਾਰ ਇਹ ਨਹੀਂ ਪਿਛਲੀ ਵਾਰੀ ਪਹਿਲੇ ਕੁ ਮਹੀਨਾ ਦੋ ਪਹਿਲੇ ਪਹਿਲੇ ਮਹੀਨੇ ਮੈਂ ਆਇਆ ਹਾਂ ਕੋ ਦੋ ਮਹੀਨੇ ਪਹਿਲੇ ਤੇ ਮੈਨੂੰ ਮੁਖਾਲਫਾ ਇੱਕ ਮੈਂ ਲਿਆ ਸੀ ਬਹਿਰੀਨ ਦੇ ਵਿੱਚ ਪਾਰਕਿੰਗ ਦਾ ਨੋ ਪਾਰਕਿੰਗ ਵਾਲੀ ਜਗ੍ਹਾ ਤੇ ਮੈਂ ਗੱਡੀ پارک ਲਾਈ ਸੀ ਤੇ ਉਹ ਜਨਾਬ ਨੂੰ ਮੁਖਾਲਫਾ ਮਿਲਿਆ ਹੀ ਤੇ 50 ਬੀਡੀ ਦਾ 500 ਰਿਆਲ ਦਾ ਲੇਕਿਨ ਮੈਂ ਪੇ ਕਰਨ ਤੋਂ ਬਗੈਰ ਆਇਆ ਹਾਂ ਤੇ ਉਹਦਾ ਨਹੀਂ ਪੁੱਛਦੇ ਬਹਰਲ ਜਨਾਬ ਐ ਚੈੱਕ ਪੁਆਇੰਟ ਤੇ ਆ ਗਏ ਆ ਇੱਥੇ ਜਨਾਬ ਆਪਣਾ ਜਿਹੜਾ ਵੀ ਜਿਵੇਂ ਕੇ ਚੈਕਿੰਗ ਕਰਨ ਦੇ ਫਿਰ ਆਪਣਾ ਦਖੂਲ ਖਰੂਜ ਚੈੱਕ ਕਰਨ ਦੇ ਫਿਰ ਜਾਣ ਦੇ ਦਿੰਦੇ ਨਾ ਅੱਛਾ ਬਾਕੀ ਵੀਜ਼ਾ ਮੁੱਦਤ ਜਿਹੜੀ ਏ ਉਹ ਤੁਹਾਨੂੰ ਦੱਸਣਾ ਕਿ ਜਨਾਬ ਵੀਜ਼ਾ ਮੁੱਦਤ ਇਹਦੀ ਹੁੰਦੀ ਏ 7 ਦਿਨ ਅਗਰ ਪੰਜਾਬੀ ਬੀਡੀ ਦਾ ਤੁਸੀਂ ਵੀਜ਼ਾ ਲੈਂਦੇ ਹੋ ਤੇ ਇੱਥੋਂ ਉਹ ਦਿੰਦੇ ਹੀ ਇਹਨੇ ਦੇਣਾ ਹਾਂ ਇੱਕ ਗੱਲ ਹੋਰ ਏ ਅਗਰ ਤੁਸੀਂ ਇਹਨਾਂ ਨੂੰ ਯਾਨੀ ਕਿ ਤੁਸੀਂ ਆਨ ਅਰਾਈਵਲ ਸਾਤ ਦਿਨ ਦਾ ਦੇਂਦੇ ਦੇਂਦੇ ਨੇ ਅਗਰ ਤੁਸੀਂ ਜ਼ਿਆਦਾ ਵਜ੍ਹਾ ਚਾਹੁੰਦੇ ਹੋ ਲੰਮੀ ਮੁੱਦਤ ਦਾ ਮਹੀਨੇ ਦਾ ਜਾਂ 15 ਦਿਨਾਂ ਦਾ ਚਾਹੁੰਦੇ ਹੋ ਤਾਂ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਇੱਕ ਹੋਰ ਗੱਲ ਹੈ ਕੇ ਜਨਾਬ ਤੁਸੀਂ ਜਿਹੜੀ ਇਨਸੂਰੈਂਸ ਲੈਣੀ ਹੈ ਨਾ ਉਹ ਇੱਥੇ ਮਹਿੰਗੀ ਇਨਸੂਰੈਂਸ ਲੱਭਣੀ ਜੇ ਆਨ ਅਰਾਈਵਲ ਆ ਕੇ ਅਗਰ 사ウਦੀ ਅਰਬੋਂ ਆਂਦੇ ਹੋ ਜਾਂ ਬਹਿਰੈਨੋਂ ਆਂਦੇ ਹੋ ਤਾਂ ਤਾਂ ਹੋਰ ਗੱਲ ਏ ਲੇਕਿਨ ਤੁਸੀਂ ਇੱਕ ਐਪਲੀਕੇਸ਼ਨ ਏ ਉਹਦਾ ਨਾਮ ਏ ਅਲ ਜਸਰ ਐਪਲੀਕੇਸ਼ਨ ਉਹ ਅਲ ਜਸਰ ਐਪਲੀਕੇਸ਼ਨ ਇਨਸਟਾਲ ਕਰਨੀ ਏ ਇਨਸਟਾਲ ਕਰਕੇ ਉਹਦੇ ਤੋਂ ਜਨਾਬ ਤੁਸੀਂ ਜਿਹੜਾ ਨਾ ਆਪਣੀ ਇਨਸੂਰੈਂਸ ਲੈਣੀ ਏ ਚਾਹੇ ਉਹ 3 ਦਿਨ ਦੀ ਲਵੋ ਚਾਹੇ ਉਹ 7 ਦਿਨ ਦੀ ਲਵੋ ਤੇ ਚਾਹੇ ਤੁਸੀਂ 7 10 ਦਿਨ ਦੀ ਲਵੋ ਜਾਂ ਮਹੀਨੇ ਦੀ ਲਵੋ ਜਿੰਨੇ ਦਿਨਾਂ ਦੀ ਲੈਣੀ ਏ ਤਾਂ ਆਪਣੇ ਵੀਜ਼ੇ ਦੇ ਹਿਸਾਬ ਨਾਲ ਉਹ ਤੁਸੀਂ ਉਹਨੀ ਲੀਲਾ ਵੋ ਠੀਕ ਹੋ ਗਿਆ ਤੇ ਜਨਾਬ ਇਹ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਪਹਿਲੇ ਜਾਰੀ ਗੱਲ ਹੈ ਕਸਟਮ ਵੀ ਇਹ ਕਲੀਅਰ ਕਰਨਾ ਹੁੰਦਾ ਐਡਾ ਕੋ ਔਖਾ ਕੰਮ ਕੋਈ ਨਹੀਂ ਤੁਹਾਡੇ ਕੋਲ ਸਿਰਫ ਔਰ ਸਿਰਫ ਵੀਜ਼ਾਸ ਥੀ ਹੋਣਾ ਚਾਹੀਦਾ ਐਗਜ਼ਿਟ ਰੀਐਂਟਰੀ ਹੋਣੀ ਚਾਹੀਦੀ ਹੈ ਯਾਨੀ ਕਿ ਸਿੰਪਲ ਖਾਤੇ ਵਿੱਚ ਕਿ ਤੁਹਾਡੇ ਕੋਲ ਐਗਜ਼ਿਟ ਰੀਐਂਟਰੀ ਹੋਵੇ ਯਾਨੀ ਦਖੂਲ ਖਰੂਜ ਲੱਗੇ ਹੋਵੇ ਵੀਜ਼ਾ ਹੁਣ ਰਾਈਵੇ ਮਿਲ ਜਾਣਾ ਹੈ ਤੁਹਾਡੀ ਗੱਡੀ ਦਾ ਕੋਈ ਮਸਲਾ ਮਸਾਇਲ ਨਾ ਹੋਵੇ ਤੁਸੀਂ ਆਪਣਾ ਉਥੋਂ ਆਪਣਾ ਪੰਜੀ ਰਿਆਲ ਦੇ ਕੇ ਚੜੋ ਇੰਸ਼ੋਰੈਂਸ ਤੁਸਾਂ ਕਰਾਈ ਹੋਵੇ ਇੱਥੇ ਆਓ ਤੇ ਇੱਥੋਂ ਤੁਹਾਨੂੰ ਆਪਣਾ ਸਾਊਦੀਆ ਬੋਲੋ ਤੁਹਾਨੂੰ ਬਹਿਰੀਨ ਵਾਲੀ ਐਂਟਰੀ ਮਿਲ ਜਾਈਦੀ ਉਧਰੋਂ ਵਾਪਸ ਹੀ ਆਉਣ ਲੱਗਿਆਂ ਵੀ ਸੇਮ ਪ੍ਰੋਸੈਸ ਏ ਲੇਕਿਨ ਵੀਜ਼ੇ ਦੀ ਮੁੱਦਤ ਸੱਤ ਦੇ ਨੇ ਵੀਜ਼ੇ ਤੋਂ ਲੇਟ ਨਹੀਂ ਹੋਣਾ ਔਰ ਇੱਥੇ ਵੇਦੇ ਪਿਆ ਹੁਣ ਪਾਸਪੋਰਟ ਚੈੱਕ ਕਰੇ ਦਾ ਚੈੱਕ ਕਰਕੇ ਜਾਣ ਦੇ ਦਾ ਬਾਕੀ ਜਿਹੜੇ ਪ੍ਰੋਸੈਸ ਨੇ ਨਾਰਮਲ ਉਹਨਾਂ ਗੱਡੀ ਦੀ ਤਰਾਸ਼ੀ ਲੈਣੀ ਹੈ ਸਾਰੇ ਕੰਮ ਜਿਹੜੇ ਨਾਰਮਲ ਹੈ ਹੀ ਹੈ ਨੇ ਲੇਕਿਨ ਮੇਨ ਸ਼ੇਵਾ ਜਿਹੜੀਆਂ ਨੇ ਬੇਸਿਕ ਉਹ ਤਾਂ ਮੈਂ ਸਾਰੇ ਦੀ ਸਾਰੀਆਂ ਦੱਸ ਛੜੀਆਂ ਨੇ ਔਰ ਇਹ ਜੀ ਜਨਾਬ ਸਾਊਦੀ ਇਮੀਗ੍ਰੇਸ਼ਨ ਵੀ ਕਲੀਅਰ ਕਰ ਲਈਏ ਮਨੂੰ ਐਂਟਰੀ ਮਿਲ ਗਈ ਏ ਅੱਗੇ ਚੈੱਕ ਪੁਆਇੰਟ ਉਹ ਸਮਾਨ ਚੈੱਕ ਕਰਨ ਦੇ ਯਾਨੀ ਕਿ ਕਸਟਮ ਚੈੱਕ ਕਰਨ ਦੇ ਜਾਂ ਆਪਣਾ ਜੋ ਵੀ ਸਮਾਨ ਵਗੈਰਾ ਗੱਡੀ ਦੀ ਤਰਾਸ਼ੀ ਲੈਣ ਦੇ ਤੇ ਉਸ ਤੋਂ ਬਾਅਦ ਮਨੂੰ ਜਾਣ ਦੇਣ ਦੇ ਅੱਗੋ ਬ੍ਰਿਜ ਸ਼ੁਰੂ ਹੋ ਜਾਏਦਾ ਲੇਕਿਨ ਜਿਹੜੀਆਂ ਗੱਲਾਂ ਮੈਂ ਦੱਸੀਆਂ ਨੇ ਉਹ ਗੱਲਾਂ ਜ਼ਿਹਨ ਚ ਰੱਖ ਲਵੋ ਇਹਨਾਂ ਸ਼ੇਵਾਂ ਤੋਂ ਇਲਾਵਾ ਕੋਈ ਵੀ ਐਸੀ ਸ਼ੈ ਨਹੀਂ ਕਿ ਜਿਹੜੀ ਤੁਹਾਨੂੰ ਐਕਸਟਰਾ ਪੇ ਕਰਨੀ ਪੈਣੀ ਹੈ ਜਾਂ ਐਕਸਟਰਾ ਕਰਨਾ ਪਵੇ ਦਾ ਜੇ ਕੋਈ ਗੱਲ ਕਰੇ ਤੇ ਉਹ ਸਮਝੋ ਗਲਤ ਹੈ ਜਿਹੜੀਆਂ ਮੈਂ ਆਂਦਿਆਂ ਸ਼ੈਵਾ ਔਰ ਜਾਂਦਿਆਂ ਫੇਸ ਕੀਤੀਆਂ ਨੇ ਸਾਰੀ ਦੀ ਸਾਰੀਆਂ ਸ਼ੈਵਾ ਤੁਹਾਨੂੰ ਦੱਸ ਰਿਹਾ ਵਾਂ ਕੋਈ ਵੀ ਇਹਦੇ ਚ ਦੋਰ ਆਏ ਨਹੀਂ ਇੰਨਾ ਰਤੀ ਪਰ ਫਰਕ ਨਹੀਂ ਪਾਈ ਜਣ ਲੇਕਿਨ ਫਿਰ ਵੀ ਕਿਸੇ ਨੂੰ ਕੋ ਕੁਐਸਚਨ ਹੋਵੇ ਕਿਸੇ ਕਿਸਮ ਦੀ ਗੱਲ ਹੋਵੇ ਤੇ ਇੱਕ ਮਿੰਟ ਵਿੱਚ ਆਪਣਾ ਕਮੈਂਟ ਕਰੇ ਦਾ ਮੈਂ ਨੂੰ ਜ਼ਰੂਰ ਜਵਾਬ ਦੇ ਆਂਦਾ ਬਾਕੀ ਆ ਵੇਂਦੇ ਪੇ ਇੱਥੇ ਗੱਡੀਆਂ ਤਲਾਸ਼ੀ ਲੈਂਦੇ ਨੇ ਪੇ ਅਗਰ ਕਸਟਮ ਵਾਲੀ ਕੋਈ ਸ਼ੈਅ ਹੁੰਦੀ ਉਹਦੇ ਤੇ ਜ਼ਿਆਰੀ ਗੱਲ ਕਸਟਮ ਤੇ ਲੱਗਦਾ ਹੀ ਲੱਗਦਾ ਤੇ ਉਹ ਇਸ ਕਰਕੇ ਫਿਰ ਵੈਰੀਫਾਈ ਕਰਦੇ ਨੇ ਤਲਾਸ਼ੀ ਦੁਰੀਸ਼ ਲੈਂਦੇ ਨੇ ਗੱਡੀਆਂ ਦੀ ਵੈਸੇ ਵੀ ਚੈਕਿੰਗ ਹੁੰਦੀ ਹੈ ਇਹ ਤੇ ਬਹਰਾਲ ਜਨਾਬ ਇਹ ਸਾਰਾ ਕੁਝ ਨਿਕਲ ਆਇਆ ਇੱਥੋਂ ਬਾਹਰ ਆਪਣਾ ਚੈੱਕਪੁਆਇੰਟ ਤੋਂ ਪਹਿਲਾ ਇੱਕ ਪਰਚੀ ਮਿਲੀ ਸੀ ਕਸਟਮ ਵਾਲੀ ਉਹ ਜਨਾਬ ਉਸ ਤੋਂ ਬਾਦ ਉਹ ਚੈਕਿੰਗ ਆਲੇ ਆ ਚੰਗੀ ਤਰ੍ਹਾਂ ਗੱਡੀ ਚੈੱਕ ਕੀਤੀ ਉਹਨਾਂ ਨੂੰ ਪਤਾ ਲੱਗਿਆ ਠੀਕ ਹੈ ਵੈਰੀਫਾਈ ਕਰਕੇ ਉਹਨਾਂ ਜਨਾਬ ਠੱਪਾ ਲੱਗ ਛੜਿਆ ਕਿ ਯਾਨੀ ਕਿ ਕਲੀਅਰਟੀ ਦੇ ਛੜੀਏ ਕਲੀਅਰ ਹੈ ਸਾਡੇ ਲੋਕ ਫਿਰਹੀ ਮੈਂ ਅੱਗੇ ਹੁਣ ਆਇਆ ਅੱਗੇ ਹੈ ਜਨਾਬ ਜਿਹੜਾ ਬੂਥ ਚ ਨਜ਼ਰ ਆਉਂਦਾ ਹੈ ਇਹ ਆਫੀਸਰ ਕਿ ਆਏ ਆ ਇਸ ਆਫਿਸ ਤੇ ਜਾ ਕੇ ਸਿਰਫ ਮੈਂ ਇਹਨੂੰ ਇਹ ਜਿਹੜੀ ਪਰਚੀ ਹੱਥ ਚ ਫੜੀ ਹੈ ਇਹਨੂੰ ਮੈਂ ਹੁਣੇ ਦੇਣੀ ਹੈ ਤੇ ਇਹ ਦਿੱਤੀ ਤੇ ਇਹਨਾਂ ਵੱਲੋਂ ਮੈਂ ਹੋ ਗਿਆ ਫਾਰਗ ਅਗਰ ਕੋ ਵੈਸੇ ਇੱਥੇ ਆਉਂਦਾ ਹੈ ਘੁੰਮਣ ਫਿਰਨ ਵਾਸਤੇ ਉਹ ਸਿਰਫ ਔਰ ਸਿਰਫ ਉਹ ਤਾਂ 25 ਰੁਪਏ ਦੇਵੇ ਔਰ ਇਸ ਕੁਛ ਨਹੀਂ ਚਾਹੀਦਾ ਨੂੰ ਸਿਰਫ 25 ਰੁਪਏ ਦੇ ਕੇ ਰੋਡ ਤੇ ਚੜੇ ਔਰ ਰਸਤੇ ਦਾ ਜਿਹੜਾ ਆਪਣਾ ਪੋਲੇ ਸਾਰਾ ਇੰਜੋਏ ਕਰ ਸਕਦਾ ਹੈ ਔਰ ਇੱਥੇ ਘੁੰਮ ਫਿਰ ਸਕਦਾ ਹੈ ਫਿਰ ਟੁਰ ਕੇ ਵਾਪਸ ਜਾ ਸਕਦਾ ਹੈ ਜਿਹੜਾ ਪੋਲੇ ਜਿਹੜਾ ਨਾ ਇੱਕ ਆਪਣੀ ਮਿਸਾਲ ਆਪ ਹੈ ਸਾਰਾ ਸਾਰਾ ਤਕਰੀਬਨ ਸਮੁੰਦਰ 'ਚ ਬਣੇ ਹੈ ਔਰ ਇੱਥੇ ਕਾਫੀ ਸ਼ਾਪ ਮਸਜਿਦ ਆਪਣਾ ਵਗੈਰਾ ਵਗੈਰਾ ਹਰ ਸ਼ੈ ਸਹੂਲਿਆਤ ਇੱਥੇ ਮੌਜੂਦ ਨੇ ਫਿਰ ਉਨਟਣ ਵਾਸਤੇ ਤਾਂ ਹੀ ਕਰਕੇ ਲੋਕੀ ਆਉਂਦੇ ਨੇ ਬਾਰਲੇ ਇਹ ਜਨਾਬ ਇਥੋਂ ਦਾ ਰਿਵਿਊ ਸੀ ਐਸਆਰ ਦਾ ਸਾਰਾ ਤੁਨ ਵਹਾਸ਼ਾ ਲਉਣ ਵਾਸਤੇ ਨਹੀਂ ਆਪਣਾ ਤੇ ਆਪਣੇ ਪਿਆਰਿਆਂ ਦਾ ਖਿਆਲ ਰੱਖਿਆ ਜੇ ਦੁਆਵਾਂ ਚਬੜੇ ਭਰਾ ਨੂੰ ਯਾਦ ਰੱਖਿਆ ਜੇ ਅੱਲਾ ਹਾਫਿਜ਼